ਹੈ ਜੀ। ਮਾਣਯੋਗ SSP ਸਾਹਿਬ ਸਰਦਾਰ ਗੁਰਸਰਨ ਦੀਪ ਸਿੰਘ ਗਰੇਵਾਲ ਜੀ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਵਿੱਢੀ ਮੁਹਿੰਮ ਤਹਿਤ DSP ਸਰਦਾਰ ਰਜਿੰਦਰ ਸਿੰਘ DSP ਸਮਰਾਲਾ ਦੇਸਤਾਂ ਅਤੇ ਪੁਲਿਸ ਪਾਰਟੀ ਵੱਲੋਂ ਨਾਕਾ ਸਮਰਾਲਾ ਪੁਲਿਸ ਵੀ ਇੱਥੇ ਲਾਇਆ ਗਿਆ ਅਤੇ ਉੱਧਰੋਂ ਟੈਂਪੂ ਹਾਥੀ ਟਿੱਕਾ ਚੰਡੀਗੜ੍ਹ ਵੱਲੋਂ ਆਇਆ ਜਿਸ ਨੂੰ ਰੋਕ ਕੇ ਚੈੱਕ ਕੀਤਾ ਅਤੇ 200 ਪੇਟੀ ਸ਼ਰਾਬ ਬਰਾਮਦ ਕੀਤੀ ਪੁਲਿਸ ਪਾਰਟੀ ਨੇ। ਇਹ ਦਾਰੂ ਕਿਹੜੀ ਸੀਗੀ ਜੀ, ਕਿੱਥੇ ਦੀ ਸੀਗੀ? ਇਹ ਦਾਰੂ 75 ਪੇਟੀਆਂ ਰਾਜਧਾਨੀ ਚੰਡੀਗੜ੍ਹ ਦੀ ਸੀ, 125 ਕਰੋਮੀਓ ਇਹ ਵੀ ਚੰਡੀਗੜ੍ਹ ਦੀ ਸੀ ਅਤੇ ਜਿਨ੍ਹਾਂ ਨੂੰ ਅਰੈਸਟ ਕਰਕੇ ਮੁਕੱਦਮਾ ਨੰਬਰ 207 -19 ਅੰਡਰ ਸੈਸ਼ਨ 61 ਐਕਸਾਈਜ਼ ਉਹ ਕੀਤਾ। ਜੋ ਟੈਂਪੂ ਦੇ ਨੰਬਰ ਲੱਗਾ ਸੀ ਉਹਦਾ ਅਜੇ ਗਲਤ ਆਇਆ, ਉਹਦਾ ਜੁਰਮ 'ਚ ਵਾਧਾ ਕਰਕੇ ਹੋਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਦੋਸ਼ੀ ਤਜਿੰਦਰਪਾਲ ਸਿੰਘ ਸਨਾ ਗਿਆਨ ਸਿੰਘ ਸੀਮਾ ਵਾਸੀ ਸੰਜੇ ਗਾਂਧੀ ਤਾਜਪੁਰ ਰੋਡ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਇਕੱਲਾ ਹੀ ਸੀਗਾ ਜੀ? ਇਹ ਟੈਂਪੂ ਵਿੱਚ ਇਕੱਲਾ ਹੀ ਸੀਗਾ ਅਤੇ ਹੋਰ ਇਹਦੇ ਅੱਗੇ ਪਿੱਛੇ ਜੋ ਇਹਦੀ ਪੁੱਛਗਿੱਛ ਦੌਰਾਨ ਹੋਰ ਸਾਹਮਣੇ ਆਊਗੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਊਗੀ। ਬਾਕੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਊਗਾ। ਕੋਈ ਇਨਕੁਆਇਰੀ ਕੀਤੀ ਹੈ ਵੀ ਕਿੱਥੇ ਲੈ ਕੇ ਜਾ ਰਿਹਾ ਸੀਗਾ? ਇਨਕੁਆਇਰੀ ਲੁਧਿਆਣੇ ਵੱਲ ਲੈ ਕੇ ਜਾ ਰਿਹਾ ਸੀ ਅਤੇ ਉਹ ਇਹ ਉੱਥੋਂ ਲੈ ਲੈਂਦੇ ਨੇ ਕਿ 5,000 'ਚ ਗੇੜਾ ਲਾਉਂਦੇ ਨੇ ਟੈਂਪੂ ਕਰਕੇ ਅਤੇ ਗਹਾਣੇ ਫੜਾ ਜਾਂਦੇ ਇਹਨਾਂ ਨੂੰ ਪੈਸੇ। ਹੁਣ ਲੁਧਿਆਣੇ ਪੜਤਾਲ ਡਰਾਈਵਰ ਸੀ ਜਾਂ ਕਿਸੇ ਪਰਸਨਲ ਸੀ? ਇਹ ਡਰਾਈਵਰ ਸੀ, ਕੋਈ ਪਰਸਨਲ ਨਹੀਂ। ਉੱਥੋਂ ਗੇੜੇ ਦਾ 5,000 ਰੁਪਇਆ ਲੈਂਦੇ ਨੇ ਵੀ ਜਿੱਥੇ ਕਹਿੰਦੇ ਛੱਡ ਜਾਂਦੇ 5,000-6,000 ਸੌਦਾ ਤੇ ਕਰਕੇ ਉਹਦੀ ਗੱਡੀ ਗੁੱਡੀ ਲੈ ਕੇ ਪਾ ਜਾਂਦੇ ਨੇ। ਅਤੇ ਹੁਣ ਇਹਦੀ ਪੁੱਛਗਿੱਛ ਦੌਰਾਨ ਅੱਜ ਇਹਨਾਂ ਨੂੰ ਪੁਲਿਸ ਰਿਮਾਂਡ 2 ਦਿਨ ਦਾ ਲੈ ਲਿਆ, ਚੰਗੀ ਤਰ੍ਹਾਂ ਪੁੱਛਗਿੱਛ ਕਰਕੇ ਅਗਲੇ ਜੇ ਹੋਰ ਦੋਸ਼ੀ ਹੋ ਉਸਨੂੰ ਗ੍ਰਿਫਤਾਰ ਕੀਤਾ ਜਾਊਗਾ। ਮੁਕੱਦਮਾ ਵਿੱਚ ਕੀ ਸਮਾਂ ਹੋਵੇਗਾ।